ਦੀ ਲੀਆਂ ਤੇ ਮੌਜੂਦਾ ਭਾਜਪਾ ਦੀ ਕੇਂਦਰ ਦੀ ਸਰਕਾਰ ਉਸੇ ਲੀਆਂ ਤੇ ਚੱਲ ਪਈ ਹੈ ਗੁਰਸਿੱਖਾਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਜੀ ਜਿੱਥੇ ਅਗਲੇ ਮਹੀਨੇ ਵੀ ਜਾਣੇ ਨੇ ਜਿੱਥੇ ਲਗਾਤਾਰ ਜਾਂਦੇ ਨੇ ਕੀ ਲੱਗਦਾ ਕਿ ਇਸ ਤੋਂ ਬਾਅਦ ਅਗਲੇ ਜੱਥਿਆਂ ਨੂੰ ਵੀ ਇਸੇ ਤਰ੍ਹਾਂ ਹੀ ਰੋਕਿਆ ਜਾ ਸਕਦਾ ਜੇ ਉਹਨਾਂ ਦੀ ਮਨਸ਼ਾ ਇਹੋ ਹੀ ਜੋ ਤੁਸੀਂ ਕਹਿ ਰਹੇ ਹੋ ਮੇਰਾ ਵੀਰ ਮੇਰਾ ਨਾ ਅੱਜ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰਾ ਕੋਈ ਪੋਲੀਟੀਕਲ ਮਕਸਦ ਨਹੀਂ ਆ ਮਗਰ ਮੈਂ ਇੱਕ ਗੱਲ ਬੜਾ ਕਲੀਅਰ ਆ ਸਭ ਤੋਂ ਪਹਿਲਾਂ ਮੈਂ ਗੁਰੂ ਦਾ ਸਿੱਖ ਹਾਂ ਔਰ ਗੁਰੂ ਦੇ ਸਿੱਖ ਹੋਣ ਦੇ ਨਾਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਕਿਸੇ ਚੀਜ਼ ਨੂੰ ਲੀਡ ਕਰ ਰਹੇ ਹੋਣ ਉਹਨਾਂ ਨੂੰ ਇਸ ਤਰੀਕੇ ਨਾਲ ਅਪਮਾਨਿਤ ਕਰਨਾ ਇਜ਼ ਅਨਐਕਸੈਪਟੇਬਲ ਗੁਰੂ ਨਾਨਕ ਨਾਮ ਲੇਵਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣੀ ਫਰਿਆਦ ਲੈ ਕੇ ਜਾਓਗੇ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਹ ਮਾਮਲਾ ਪੰਜ ਸਿੰਘ ਸਾਹਿਬਾਨਾਂ 'ਚ ਵਿਚਾਰਨਾ ਚਾਹੀਦਾ ਕਿਉਂਕਿ ਭਾਜਪਾ ਦੀ ਜਿਹੜੀ ਨੀਤ ਹੈ ਤੇ ਨੀਤੀ ਹੈ ਇਹਦੇ ਤੇ ਕੋਈ ਸਖਤ ਫੈਸਲਾ ਲੈਣਾ ਚਾਹੀਦਾ ਦੇਖੋ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਆਪ ਸਮਰੱਥ ਨੇ ਮੈਂ ਆਪ ਵੀ ਸਮਝਦਾ ਕਿ ਉਹ ਵੀ ਇਹ ਸਾਰੀ ਸਿਚੁਏਸ਼ਨ ਨਾਲ ਜਾਣੂ ਨੇ ਔਰ ਸ਼ਾਇਦ ਉਹ ਆਪ ਵੀ ਮੀਟਿੰਗ ਸੱਦ ਕੇ ਇਸ ਗੱਲ 'ਤੇ ਆਪ ਵੀ ਵਿਚਾਰ ਕਰਨਗੇ ਵੇ ਉਹ ਤਾਂ ਸਮਝ ਹੀ ਰਿਹਾ ਕਿ ਸਾਡੀ ਸਭ ਦੀਆਂ ਭਾਵਨਾਵਾਂ ਇਹਦੇ ਨਾਲ ਆਹਤ ਹੋਈਆਂ ਨੇ ਵੇਖੋ ਪੰਜਾਬ ਗੁਰਸਿੱਖ ਇਹ ਦੇਸ਼ ਦਾ ਵੱਡਾ ਹਿੱਸਾ ਨੇ ਇਹ ਦੇਸ਼ ਵਾਸਤੇ ਪੰਜਾਬੀਆਂ ਨੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਆ ਔਰ ਜਦ ਪੰਜਾਬੀਆਂ ਦੇ ਧਰਮ ਸਥਾਨ ਨਾਲ ਜੁੜੀ ਕੋਈ ਗੱਲ ਆਵੇ ਸ਼੍ਰੀ ਨਨਕਾਣਾ ਸਾਹਿਬ ਦੀ ਧਰਤੀ ਨੂੰ ਨਤਮਸਤਕ ਹੋਣ ਦੀ ਗੱਲ ਆਵੇ ਉਸ 'ਤੇ ਰੋਕਿਆ ਜਾਵੇ ਪਾਬੰਦੀ ਲਾਈ ਜਾਵੇ ਇਹ ਕਦੇ ਚਿੱਤ ਬਰਦਾਸ਼ਤ ਨਹੀਂ ਹੋ ਸਕਦਾ ਜਿਹਨੂੰ ਉਹ ਦੇਖੋ ਜੀ ਇਹ ਸਾਰੀਆਂ ਘਟਨਾਵਾਂ ਹੀ ਨੇ ਵੱਡੀ ਗੱਲ ਹੈ ਕਿ ਦਿੱਲੀ ਅੱਗੇ ਝੁੱਕ ਜਾਓ ਤੇ ਸਭ ਕੁਝ ਠੀਕ ਜੇ ਦਿੱਲੀ ਅੱਗੇ ਨਾ ਚੁੱਕੋ ਤੇ ਸਭ ਕੁਝ ਗਲਤ ਤੁਸੀਂ ਮੇਰੇ ਤੋਂ ਬਿਹਤਰ ਗੱਲ ਨੂੰ ਸਮਝ ਰਹੇ ਹੋ ਇਹ ਅਕਾਲੀ ਭਾਜਪਾ ਦਾ ਤੋੜ ਵਿਛੋੜੇ ਦਾ ਨਤੀਜਾ ਤੇ ਨਹੀਂ ਮੈਂ ਤਾਂ ਬੜਾ ਕਲੀਅਰ ਹਾਂ ਜੀ ਆ ਚਿੱਠੀ ਮੈਂ ਜੋ ਤੁਸੀਂ ਸਵਾਲ ਕਰ ਰਹੇ ਹੋ ਨਾ ਬਿਲਕੁਲ ਉਹ ਸਹੀ ਹੈ ਇਹ ਆਪ ਹੀ ਪੰਜਾਬੀਆਂ ਨੂੰ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਉਹਦੇ ਨਾਲ ਵੀ ਪੰਜਾਬੀ ਏਲੀਅਨੇਟ ਹੋਇਆ ਦਿੱਲੀ ਨਾਲ ਔਰ ਜੋ ਇਹ ਹੁਣ ਕਰ ਰਿਹਾ ਉਹਦੇ ਨਾਲ ਫਰਦਰ ਏਲੀਅਨੇਟ ਹੋਣਾ ਇਹਦੇ ਨਾਲ ਕੋਈ ਫੀਲਿੰਗਸ ਅਤੇ ਸ਼ਾਂਤ ਨਹੀਂ ਹੋਣੀਆਂ ਬਲਕਿ ਤਾਂ ਹੋਰ ਪੰਜਾਬੀਆਂ ਨੂੰ ਅਪਮਾਨਿਤ ਕਰਨ ਦਾ ਕੰਮ ਔਰ ਐਤਕੀ ਕਿਉਂ ਇਹ ਹੋਰ ਖਤਰਨਾਕ ਕੰਮ ਕਰਤਾ ਨਿੰਦਣਯੋਗ ਕੰਮ ਕਰਤਾ ਕਿਉਂਕਿ ਲੀਡ ਕੌਣ ਕਰ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਜੇ ਉਹਨਾਂ ਪ੍ਰਤੀ ਇਹ ਸੋਚ ਹੈ ਤੇ ਤੁਸੀਂ ਯੂ ਕੈਨ ਵੈਲ ਇਮੈਜਿਨ ਕਿ ਪੰਜਾਬੀ ਜਾਂ ਗੁਰਸਿੱਖਾਂ ਪ੍ਰਤੀ ਕੀ ਸੋਚ ਹੈ ਦੂਜੀ ਗੱਲ ਤੁਸੀਂ ਚਿੱਠੀ ਬੜੇ ਧਿਆਨ ਨਾਲ ਸੁਣੋ ਇਹਦੇ 'ਚ ਤਿੰਨ ਨੰਬਰ ਪੁਆਇੰਟ 'ਚ ਲਿਖਦੇ ਆ ਯੂ ਮੇ ਆਲਸੋ ਬੀ ਅਵੇਅਰ ਦੈਟ ਟ੍ਰੈਫਿਕ ਔਨ ਇੰਡੀਆ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਰਿਮੇਨ ਸਸਪੈਂਡਡ ਫਰੋਮ ਮਾਰਚ 2020 ਡਿਊ ਟੂ ਕੋਵਿਡ-19 ਪੈਂਡੈਮਿਕ ਅਤੇ ਇਹਨਾਂ ਨੂੰ ਪੁੱਛੋ ਕਿ ਜੇ ਸਸਪੈਂਡਡ ਸੀ ਫਿਰ ਨਵੰਬਰ 'ਚ ਜਥਾ ਕਿਉਂ ਚੁਵੇਂ ਚਲੇ ਗਿਆ ਮਤਲਬ ਝੂਠ ਚਿੱਠੀ 'ਚ ਝੂਠ ਲਿਖਿਆ ਜਾ ਰਿਹਾ ਇਹ ਕੋਈ ਕੋਈ ਕੌਣ ਬਰਦਾਸ਼ਤ ਕਰੂ ਦੇਖੋ ਸਰਕਾਰਾਂ ਦੇਸ਼ ਦੀਆਂ ਨੇ ਸਰਕਾਰਾਂ ਤੁਹਾਡੀ ਸਭ ਦੀ ਸਾਡੀ ਸਭ ਦੀ ਹੈ ਮਗਰ ਸਰਕਾਰਾਂ ਇਸ ਤਰੀਕੇ ਦਾ ਝੂਠ ਬੋਲਣ ਉਹ ਕਿਵੇਂ ਬਰਦਾਸ਼ਤ ਹੋਊ ਜਿਹੜੀ ਅੱਜ ਵੀ ਗੱਲ ਕੀਤੀ ਆ ਕਿ ਕੱਲ੍ਹ ਵੀ ਬੰਦੇ ਗਏ ਆ ਚੀਫ ਮਿਨਿਸਟਰ ਸਾਹਿਬ ਦੇ ਕਹੇ 'ਤੇ ਕੱਲ੍ਹ ਉਹਨਾਂ ਦੇ ਕਹੇ 'ਤੇ ਜਾ ਸਕ ਰਿਹਾ ਤੇ ਕੋਵਿਡ ਕੱਲਾ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਵਾਸਤੇ ਜਾਂ ਗੁਰਸਿੱਖਾਂ ਵਾਸਤੇ ਰਹਿ ਗਿਆ ਸਰ ਜਿਸ ਤਰ੍ਹਾਂ ਤੁਹਾਡਾ ਅਲਾਈਅੰਸ ਟੁੱਟਿਆ ਹੋਰ ਬਹੁਤ ਸਾਰੇ ਸਵਾਲ ਹੋਏ ਇੱਕ ਸਭ ਤੋਂ ਅਹਿਮ ਚੀਜ਼ ਇਹ ਹੈ ਕਿ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਆਲੇ ਤੇ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਪਰ ਜਦੋਂ ਦੇ ਐਨਡੀਓ ਤੋਂ ਤੁਸੀਂ ਅਲੱਗ ਹੋ ਗਏ ਜੇ ਉਹ ਜ਼ਿਆਦਾ ਨਹੀਂ ਕਰ ਰਹੇ ਅਜਿਹੇ ਮਾਮਲੇ ਜਾਣ ਖੁੱਲ੍ਹ ਕੇ ਦਖਲ ਦੇਣ ਲੱਗ ਪਏ ਸਿੱਖਾਂ ਦੇ ਮਾਮਲੇ ਦੇਖੋ ਮੈਂ ਬੜਾ ਕਲੀਅਰ ਹਾਂ ਜੀ ਕਰੋਨਾ ਅੱਜ ਪੀਕ 'ਚ ਹੈ ਕਿ ਨਵੰਬਰ 'ਚ ਪੀਕ 'ਚ ਸੀ ਸਭ ਨੂੰ ਪਤਾ ਨਵੰਬਰ ਪੀਕ ਸੀ ਨਵੰਬਰ ਇੱਕ ਜਥਾ ਜਾ ਸਕਦਾ ਹੈ ਅਤੇ ਅੱਜ ਇਹਨਾਂ ਦਾ ਗਵਰਨਮੈਂਟ ਆਫ ਇੰਡੀਆ ਕਿਵੇਂ ਲਿਖ ਰਹੀ ਹੈ ਕਿ ਹੁਣ ਕਰੋਨਾ ਦਾ ਸੰਕਟ ਬਹੁਤ ਵੱਡਾ ਇਸ ਲਈ ਨਾ ਜਾਓ ਦੂਜੀ ਗੱਲ ਇਹ ਸਾਰਾ ਕੁਛ ਹਾਂ ਜੇ ਅਸੀਂ ਐਨਡੀਏ ਦੇ ਹਿੱਸਾ ਹੁੰਦੇ ਤਾਂ ਉੱਥੇ ਕੁਝ ਸਮਝਾਉਂਦਾ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬੀ ਭਾਵੇਂ ਭਾਜਪਾ ਦੇ ਵੀਰੇ ਵੀ ਨਹੀਂ ਜਾ ਕੇ ਦੱਸਦੇ ਉੱਥੇ ਤੁਸੀਂ ਕਿਸੇ ਧਰਮ ਦੀ ਆਸਥਾ ਨਾਲ ਉਹਨਾਂ ਦੇ ਰਿਲੀਜੀਅਸ ਪ੍ਰੋਗਰਾਮਸ 'ਚ ਇਸ ਤਰੀਕੇ ਦੀ ਦਖਲ ਅੰਦਾਜ਼ੀ ਕਦੇ ਚਿੱਤ ਕਦੇ ਵੀ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਔਰ ਉਹ ਕੌਮ
जिहड़ी देश लई मरी आ, ਉਹ ਕੌਮ ਜਿਹਨੇ ਸਭ ਤੋਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਦੇਸ਼ ਖਾਤਰ, ਉਹ ਕੌਮ ਜਿਹੜੀ ਸਰਬੱਤ ਦੇ ਭਲੇ ਦੀ ਅਰਦਾਸ ਅੱਠੋ ਪੈਰੀ ਕਰਦੀ ਹੈ, ਤੁਸੀਂ ਉਹਨਾਂ ਨਾਲ ਵੀ ਤੁਸੀਂ ਆਪ ਸਮਝੋ ਜੀ ਕਿ ਕਿਸੇ ਧਰਮ ਨਾਲ ਸੰਬੰਧਿਤ ਜੀ ਨੂੰ ਕਵੇ ਕਿ ਤੂੰ ਆਪ ਦੇ ਧਰਮ ਸਥਾਨ 'ਤੇ ਨਹੀਂ ਜਾ ਸਕਦਾ, ਇਹ ਕਿੱਥੋਂ ਦਾ ਇਨਸਾਫ ਹੈ। ਔਰ ਇੱਕ ਮਿੰਟ ਲਾਸਟ ਗੱਲ, ਵੀਜ਼ਾ ਦੇਣ ਤੋਂ ਬਾਅਦ, ਵੀਜ਼ਾ ਦੇਣ ਤੋਂ ਬਾਅਦ, ਪਰਮਿਸ਼ਨ ਦੇਣ ਤੋਂ ਬਾਅਦ ਅਖੀਰਲੇ ਮੌਕੇ 8-10 ਘੰਟੇ ਪਹਿਲਾਂ, ਔਰ ਉਹ ਵੀ ਕੌਣ ਲੀਡ ਕਰ ਰਿਹਾ? ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ। ਇਹ ਸਿੱਖ ਕੌਮ ਦਾ, ਪੰਜਾਬੀਆਂ ਦਾ ਅਪਮਾਨਿਤ ਕੀਤਾ ਅੱਜ ਗਵਰਨਮੈਂਟ ਆਫ ਇੰਡੀਆ ਨੇ, ਜਿਹੜਾ ਬਹੁਤ ਹੀ ਅਨਅਕਸੈਪਟੇਬਲ ਹੈ, ਔਰ ਅਸੀਂ ਕੰਡੈਮ ਕਰਦੇ ਇਹਨੂੰ ਸਟਰੋਂਗੈਸਟ ਵਰਡ। ਬਿਲ 100% ਜੀ, ਮੈਂ ਆਪ ਇਹ ਗੱਲ ਕਹਿ ਰਿਹਾ ਕਿ ਗਵਰਨਮੈਂਟ ਆਫ ਇੰਡੀਆ ਦੇ ਇਸ ਐਟੀਟਿਊਡ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪਮਾਨਿਤ ਕਰਨਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪਮਾਨਿਤ ਕਰਨਾ, ਔਰ ਵੱਡੀ ਗੱਲ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਜਿਹੜੀ ਸਰਬੱਤ ਦੇ ਭਲੇ ਲਈ ਰੋਜ਼ ਅਰਦਾਸਾਂ ਕਰਦੀ ਹੈ, ਉਸ ਕੌਮ ਨੂੰ ਅਪਮਾਨਿਤ ਕਰਨਾ, ਹੋਰ ਕੁਛ ਨਹੀਂ ਕੀਤਾ। ਦੇਖੋ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸ ਦਿਆਂ, ਚਲੋ ਤੁਹਾਡਾ ਬੜਾ ਵਧੀਆ ਸਵਾਲ ਹੈ, ਜਿਹੜੇ ਇਹ ਜਿਨ੍ਹਾਂ ਨੇ ਚਿੱਠੀ ਲਿਖੀ ਆ ਅਵੀ ਪ੍ਰਕਾਸ਼ ਜੀ, ਇਹਨਾਂ 'ਚ ਇੰਨੀ ਹਿੰਮਤ ਨਹੀਂ ਕਿ ਇਹ ਚਿੱਠੀ ਕੱਢ ਦੇਣ, ਜਿਹੜੀ ਪਰਮਿਸ਼ਨ ਵੀਜ਼ਾ ਸਾਰਾ ਕੁਛ ਹੋਇਆ ਹੋਵੇ, ਸਾਰੀ ਤਿਆਰੀਆਂ ਹੋਈ ਹੋਣ, ਇਹ ਜੇ ਚਿੱਠੀ ਕਢਾਈ ਗਈ ਹੈ ਅਤੇ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਜ਼ਿਕਰ ਕਰ ਰਿਹਾ, ਉਹਨਾਂ ਦੀ ਇੰਟਰਵੈਂਸ਼ਨ ਤੋਂ ਬਗੈਰ ਇਹ ਚਿੱਠੀ ਨਹੀਂ ਨਿਕਲੀ। ਔਰ ਜੇ ਤੁਸੀਂ ਮੈਨੂੰ ਦੂਜਾ ਸਵਾਲ ਕਰ ਰਹੇ ਹੋ ਕਿ ਉਹਨਾਂ ਨੇ ਮਨ ਬਦਲ ਦੇਣਾ, ਜਦ 100 ਤੋਂ ਵੱਧ ਆਪਦੀ ਕੁਰਬਾਨੀ ਬਾਰਡਰਾਂ 'ਤੇ ਦੇ ਗਏ ਆ, ਔਰ ਲੱਖਾਂ ਲੋਕ ਅੱਜ ਕਿਸਾਨੀ ਲਈ ਅੰਦੋਲਨ 'ਚ ਬੈਠੇ, ਜਦ ਉਹਨਾਂ ਦੀ ਨਹੀਂ ਸੁਣ ਰਹੇ, ਤੇ ਇੱਕ ਚਿੱਠੀ ਦਾ ਉਹਨਾਂ 'ਤੇ ਕਿੱਡਾ ਕੁ ਅਸਰ ਹੋਣਾ, ਇਹ ਤੁਸੀਂ ਬਿਹਤਰ ਜਾਣਦੇ। ਬਿਲਕੁਲ, ਕਰੋਨਾ ਦੀ ਆੜ 'ਚ ਹੀ ਸਾਰਾ ਕੁਛ ਹੋ ਰਿਹਾ ਜੀ, ਤੁਹਾਡਾ ਬੜਾ ਕਲੀਅਰ ਹੈ। ਮੈਂ ਉਹੀ ਬੇਨਤੀ ਵਾਰ ਵਾਰ ਕਰ ਰਿਹਾ, ਨਵੰਬਰ ਕਰੋਨਾ ਦਾ ਪੀਕ ਸੀ, ਜੇ ਉਦੋਂ ਜਥਾ ਜਾ ਸਕਦਾ ਸੀ, ਤੇ ਅੱਜ ਤਾਂ ਆਪ ਗਵਰਨਮੈਂਟ ਆਫ ਇੰਡੀਆ ਇਸ਼ਤਿਹਾਰ ਕਢਾ ਰਹੀ ਹੈ ਕਿ ਕਰੋਨਾ ਘਟ ਗਿਆ। ਦੇਖੋ ਕੌਮ ਦਾ ਮੁੱਦਾ ਵੀ ਹੈ ਜੀ, ਔਰ ਵੱਡੀ ਗੱਲ ਹੈ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪਮਾਨਿਤ ਕਰਨ ਦਾ ਮੁੱਦਾ ਵੀ ਹੈ। ਤੁਸੀਂ ਕਾਇੰਡਲੀ ਇਸ ਗੱਲ ਨੂੰ ਸਮਝੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਭ ਤੋਂ ਸਰਵੋੱਚ ਸਾਡੇ ਲਈ, ਜੋ ਗੁਰੂ ਦਾ ਮਤਲਬ ਦਰ ਹੈ, ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇੱਕ ਡੈਲੀਗੇਸ਼ਨ ਨੂੰ ਲੀਡ ਕਰ ਰਹੇ ਹੋਣ, ਉਹਦੀਆਂ ਸਾਰੀਆਂ ਪਰਮਿਸ਼ਨਾਂ ਹੋ ਗਈਆਂ ਹੋਣ, ਜਾਣ ਦਾ ਸਮਾਂ ਹੋਵੇ, ਅਖੀਰਲੇ ਮੌਕੇ 'ਚ ਉਹਨਾਂ ਨੂੰ ਰੋਕਤਾ ਜਾਵੇ, ਤੇ ਇਹ ਕੌਮ ਦਾ ਅਪਮਾਨ ਹੈ, ਇਹ ਪੰਜਾਬੀਆਂ ਦਾ ਅਪਮਾਨ ਹੈ। 100% ਮੈਂ ਬਾਰ ਬਾਰ ਗੱਲ ਇਸੇ 'ਤੇ ਆ ਰਿਹਾ ਕਿ ਅੱਜ ਨਾ ਤਾਂ ਕੋਈ ਪੋਲੀਟੀਕਲ ਗੱਲ ਸੀ, ਸਾਡੇ ਧਰਮ ਨਾਲ ਸੰਬੰਧਿਤ ਸੁਪਰੀਮ ਜਿਹੜੇ ਬਾਡੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀ ਪਾਰਲੀਮੈਂਟ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਉਹਨਾਂ ਨੂੰ ਰੋਕਣਾ ਇੱਕ ਕੇਵਲ ਅਤੇ ਕੇਵਲ ਅਹੰਕਾਰ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਵਿਖਾਇਆ, ਔਰ ਪੰਜਾਬੀਆਂ ਨੂੰ ਅਪਮਾਨਿਤ, ਗੁਰਸਿੱਖਾਂ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦਾ ਕੰਮ ਕੀਤਾ, ਜਿਹੜਾ ਕਦੇ ਕੋਈ ਬਰਦਾਸ਼ਤ ਨਹੀਂ ਕਰੂਗਾ। ਹਾਂਜੀ, ਸਾਰੀਆਂ ਗੱਲਾਂ ਵਿੱਚ ਹੀ ਆ ਜੀ, ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਹੈ, ਤਾਂ ਸਭ ਕੁਝ ਵਿੱਚ ਹੀ ਆ ਜੀ, ਕੋਈ ਕਸਰ ਰਹਿ ਗਈ ਹੈ? ਦੇਖੋ ਜਿੱਥੇ ਤਾਂ ਭਾਜਪਾ ਦੀ, ਦਿੱਲੀ ਦੀ, ਕੇਂਦਰ ਸਰਕਾਰ ਦੀ ਕੋਈ ਗਤੀਵਿਧੀ ਹੁੰਦੀ ਹੈ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਹਾਂ ਦੀ ਸੁਰ ਮਿਲਾਉਂਦੇ ਆ। ਔਰ ਤੁਹਾਨੂੰ ਅਫਸੋਸ ਹੈ ਮੈਨੂੰ ਇਸ ਗੱਲ ਦਾ
कि 550 साल का एक पासे कोरीडोर खुल रहा तो कैप्टन अमरिंदर सिंह 550 साल की गल घट कर रहे पाकिस्तान नू सबक सिखाने की गल कर रहे आप तो घरों नहीं निकलते तो उधर की सबक सिखा देना एक्चुअली उन्होंने गलती रली रल मिल के ये सारी प्लैनिंग हुई है जिदे नाल मैं समझदा अकाल तख्त साहब नूं और अकाल तख्त साहब दे जथेदार साहब नूं अपमानित कीता गया। हाँ जी एक मैं बेनती कर दिया जी पंजाब दा जिहड़ा गृह विभाग है होम मिनिस्ट्री है वो मुख्यमंत्री साहब उन्हूं हैड करते हैं मुख्यमंत्री साहब के दो आला अफसर डीजीपी पंजाब ते चीफ सैकटरी पंजाब सारे जानते कि भाजपा के दिल्ली के केंद्र के इशारे ते चलते हैं जो चिट्ठी दिल्लियों निकलती है वो इन्हां दे नाल आफ्टर कंसल्टेशन निकलती है इन्हां दी सलाह नाल निकलती है इसलिए दोवें रल मिल के खेडते हैं मगर अखीर च अपमानित किनू किया गया देखो किसी धर्म नाल संबंधित किसी जीव नूं भी कोई कहे कि तू जा नहीं सकता आफ्टर गिविंग ड्यू परमिशंस इट इज़ को टोटली अनजस्टिफाइड एंड अनएक्सैप्टेबल और अज तक कदे भी जथे इस तरह नहीं रोके गया और जे नवंबर च जा सकता सी ते हुण की प्रॉब्लम आ गई जानकारी मिली जी कैप्टन साहब दे करीबियां दा इक वफद कल 8 मेंबरी वफद वाया टारी पाकिस्तान गया उन्होंने खास तौर ते परमिशन दी गई है बिल्कुल सही गल है जी कैप्टन अमरिंदर सिंह दे कांग्रेस पार्टी दा कोई वफद होवे वो पाकिस्तान एक मिनट च जा भी सकता तो आ भी सकता उदों कोई सिक्योरिटी कंसर्न नहीं मगर जदों गुरसिखा ने श्री अकाल तख्त साहब के जथेदार साहब ने जिन्हें उत्थे होका दी की देना है प्यार दा सरबत दे भले दा गुरु दा संदेश नू उत्थे पैगाम नू वधाउणा है जद उन्होंने जाना तो उन्होंने पाबंदियां ने देखो असी आपकी कोर कमेटी से क्योंकि यह मैटर बड़ा ही सीरीयस है ए तो वड्डा अपमान ए तो वड्डा डिसरिस्पैक्ट श्री अकाल तख्त साहब के जथेदार साहब की अकाल तख्त साहब की हो नहीं सकती सी जो हुई है कोर कमेटी से मैटर नू टेकअप करके जोरदार प्रधानमंत्री साहब का ते केंद्र की सरकार का इस विरोध किया जाऊगा दिस इज अनएक्सैप्टेबल देखो डेमोक्रेसी चे तुसी आप परमिशन दित्तियां परमिशन देने तो बाद एक धार्मिक प्रोग्राम है कोई उत्थे पोलिटिकल प्रोग्राम नहीं है और साडे धार्मिक सब तो वड्डे जथेदार साहब अकाल तख्त साहब दे हैड जी इसनू लीड कर रहे होण उहदे च पोलिटिकल तो कुछ रह ही नहीं गया और जे अकाल तख्त साहब दे जथेदार साहब जदों करतारपुर साहब का लांघा खुलिया सी उदों लीड कर सकते सी अज की नुक्स पै गया हाँ जी।